हेलो फोन यार जी इन्हों के माड़ा ध्यान ना टप्पया यार क्यों है कर यार तू तो बेच दी ले आएगा मोटरसाइकिल तू तो ड्रेना तो रही भाई कितनी थोड़ी उन्होंने ਪੈੜੀ ਤਾਂ ਜ਼ਿਆਦਾ ਆ ਗਈ ਕਿਲੇ ਉਹ ਘਰ ਦੇ ਆ 6 ਕਿਲੇ ਉਹ ਵੀ ਰਾਮ ਹੁਣ ਤੇ ਨਹੀਂ ਉਹ ਬਚਣੀ ਥੋੜੀ ਜਿਵੇਂ ਨਾ ਬਚਣੀ ਨਹੀਂ ਉਹ ਸਾਰੀ ਵੱਜ ਜਾਣੀ ਉਹ ਸਾਰੀ ਡੁੱਬ ਜਾਣੀ ਇੱਧਰ ਆ ਨਾ ਤੂੰ ਨਾਮ ਨਹੀਂ ਦਿੰਦਾ ਭੈਣ ਨਾ ਮੰਜੇ ਮੰਜੇ ਵਿੱਚ की नाम है राम प्रताप है जी। राम प्रताप जी कितना नुकसान होया तुहाडा? नुकसान मेरे 5 किले झोने लगे है डुबे पे है जी बिलकुल ठेके ते जमीन लई सी बाकी उपर है 5 किले उन्हां दे विच वी पानी जाण नूं तैयार है पूरा ही पानी बहुत आ रहा है। किवें होया नुकसान जी? नुकसान हो रहा जी ये पानी सी बहुत ज़्यादा अगे सेन की सफाई नहीं सी वो पानी मूहर डाफ लगन के नाल पिछे खुड पै गई जिहदे नाल पानी सारा भर गया थले। कितना कोई नुकसान होया तुहाडा? नुकसान देख लो जी हुण 50,000 किले का ठेका दिता जी 20-25,000 किले का उत्ते खर्चा आ गया तीन चार ही खादा पातियां ठेके से पैड़े से 60-65-70,000 रुपया खर्चा आ चुका जी तो हूँ इस टाइम तो बिल्कुल खत्म है जी। हूँ कोई पानी डकन का कोई हूँ पानी डकन का कोई प्रबंध नहीं जी हाल तक सवेर के कोई महकमा कोई नहीं इतने आके कुछ देखे हाले ना कोई प्रबंध कोई किया हाले महकमा सरकारी अधिकारी आया इतने नहीं सरकारी पुलिस मुलाजम आए थे सवेरे 10 मिनट हो के वो मुड़ गए जी इतों तो नहर ये सेम महकमे के अफसर आए हैं वो कहें कर देंगे पानी रुकूगा फिर चलावे काम हाल तक कोई बस गलबात गांह नहीं अभी तो अभी प्रशासन अगर मेहनत करते हैं सरकार लगे कौन ना कौन सा हेल्प कर ये पानी रुक जाए सेंध की सफाई हो जाए तो फसल तो साड़ी बर्बाद है जी गांह का आने वाले समय की फसल बर्बाद है जी इन्हें मिट चढ़ गया ये नहीं होना इतने। की नाम है वीर जी? मेरा नाम परमिंदर सिंह है जी अंदगढ़ तो। परमिंदर जी की होया जी कि होया कि जी 10-12-15 साल बाद पैली बनाई थी मसा है पहले मंजरी पई सी
ਫਿਰ ਕੀ ਕਸਰਾ ਕੁਸਰਾ ਪਾਇਆ ਬਹੁਤ ਜ਼ਿਆਦਾ ਔਖਾ ਲੱਖ ਡੇਢ ਲੱਖ ਰੁਪਈਆ ਕਸਰੇ 'ਤੇ ਲਾਇਆ ਪਹਿਲਾਂ ਫਿਰ ਪੱਧਰ ਸ਼ਧਰ ਕੀਤੀ ਹੈ ਅਤੇ ਸੇਮ ਦੀ ਨਲੇਕੀ ਕਰਕੇ ਗਾਂਹ ਵਿੱਚ ਬੂਟੀਆਂ ਬੂਟੀਆਂ ਕਰਕੇ ਅਤੇ ਸੇਮ ਇੱਥੋਂ ਗਈ ਟੁੱਟ ਗਾਂਹ ਸੇਮ ਦਾ ਬਹੁਤ ਮੰਦਾ ਹਾਲ ਹੈ ਦੋ ਤਿੰਨ ਸਾਲ ਪਹਿਲਾਂ ਵੀ ਸੇਮ ਮਹਿਕਮੇ ਨੂੰ ਤਨਖਾਹ ਦਿੱਤੀ ਸੀ ਅਪੀਲ ਕੀਤੀ ਸੀ ਵੀ ਇਹਨੂੰ ਫੜ ਲਓ ਮਾੜੀ ਮੋਟੀ ਗਾਂਹ ਪਾਣੀ ਲੰਘਦਾ ਨਹੀਂ ਗਾ ਅਤੇ ਇੱਥੇ ਵੀ ਜਾਮ ਲਾ ਕੇ ਅਤੇ ਖੁੱਡ ਪੈ ਗਈ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਝੋਨੇ 'ਚ 10-10 ਫੁੱਟ ਮਿੱਟੀ ਚੜ ਗਈ ਉੱਤੇ ਰੇਤਾ ਕਿੰਨਾ ਕੁ ਪਾੜ ਪੈ ਗਿਆ ਜੀ ਇੱਥੇ ਪਾੜ ਹੈਗਾ ਜੀ 50-60 ਫੁੱਟ ਦਾ ਕਿੰਨਾ ਚਿਰ ਹੋ ਗਿਆ ਇਹਦੀ ਜਿਹੜੀ ਸੂਏ ਦੀ ਸਫਾਈ ਹੋਈ ਨੂੰ ਸੂਏ ਦੀ ਸਫਾਈ ਦਾ ਘੱਟੋ ਘੱਟ ਜੀ 6-7 ਸਾਲ ਹੋ ਗਏ ਉਹਨੇ ਪਹਿਲਾਂ ਹੀ ਕੀਤੀ ਹੋਣੀ ਕਿਤੇ ਜਦੋਂ ਸੇਮ ਵੱਜੀ ਆ ਸਫਾਈ ਨਾ ਹੋਣ ਕਾਰਨੀ ਨਾ ਹੋਣ ਕਾਰਨ ਉਹ ਪੁਲ ਤੋਂ ਗਾਹ ਜਾ ਕੇ ਦੇਖੋ ਤੁਸੀਂ ਵੀ ਉਹਦੇ 'ਚ ਤਾਂ ਬੰਦਾ ਨਹੀਂ ਲੰਘਿਆ ਇਹਦਾ ਪਾਣੀ ਤਾਂ ਲੰਘਣਾ ਹੀ ਦੂਰ ਦੀ ਗੱਲ ਹਾਂਜੀ ਹਾਂਜੀ ਕਿੰਨੀਆਂ ਕੁ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਫਸਲਾਂ 15-20 ਕਿੱਲਿਆਂ ਨੁਕਸਾਨ ਹੋ ਗਿਆ ਜੀ ਤੁਹਾਡੀ ਮੰਗ ਕੀ ਕਰਦੇ ਮੇਰੀ ਇਕੱਲਾ ਫਸਲ ਸੀਗੀ ਜੀ ਮੰਗ ਇਹੀ ਕਰਦੇ ਇੱਕ ਤਾਂ ਸੇਮ ਬਣਾਈ ਜਾਵੇ ਇੱਕ ਸਾਡਾ ਵੀ ਜਿਹੜਾ ਆ ਹੋਇਆ ਨੁਕਸਾਨ ਹੋਇਆ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਸੇਮ ਦੇ ਨਾਲ ਕੱਚਾ ਰਹਾ ਸੀ ਉਹ ਵੀ ਟੁੱਟ ਗਿਆ ਸਾਰਾ ਹੀ ਟੁੱਟ ਗਿਆ ਜੀ ਸਾਨੂੰ ਇੱਧਰ ਵੀ ਡਾਰਾ ਸਾਡੀ ਇੱਧਰ ਪੈਲੀ ਆ 4-5 ਕਿੱਲੇ ਇਹ ਵੀ ਨਾ ਰੋਡ 'ਚ ਸਾਨੂੰ ਇਹਦਾ ਵੀ ਡਾਰਾ ਵੀ ਹੱਥਾਂ ਦਾ ਜੀ ਜ਼ਿਆਦਾ ਬਾਰਿਸ਼ ਇਹਦੇ ਕੈਚਮੈਂਟ ਏਰੀਆ ਹੋਣ ਕਰਕੇ ਡਰੇਨ 'ਚ ਪਾਣੀ ਆਇਆ ਜਿਸ ਕਾਰਨ ਇੱਥੇ ਦੱਸਣ ਦੇ ਮੁਤਾਬਕ ਪਹਿਲਾਂ ਹੀ ਇੱਥੇ ਖੁੱਡ ਸੀ ਪਾਣੀ ਥੋੜ੍ਹਾ ਜ਼ਰੂਰ ਅੱਗੇ ਗਿਆ ਅਤੇ ਪਿੰਡ ਵਾਲੇ ਵਾਸੀਆਂ ਤੋਂ ਹੀ ਸਾਨੂੰ ਪਤਾ ਲੱਗਿਆ ਅਸੀਂ ਆਪ ਵੀ ਦੇਖਿਆ ਸਵੇਰੇ ਜਾ ਕੇ ਕਿ ਪਿਛਲੇ ਸਾਲ ਇਹਨਾਂ ਨੇ ਛੱਪੜ ਸਾਫ਼ ਕੀਤਾ ਸੀ ਛੱਪੜ ਦੀ ਸਾਰੀ ਬੂਟੀ ਡਰੇਨ ਦੇ ਵਿੱਚ ਸੁੱਟੀ ਕਾਰਨ ਕਰਕੇ ਅਤੇ ਪਾਣੀ ਅੱਗੇ ਚਲੇ ਜਾਣਾ ਸੀ ਫਿਰ ਵੀ ਇੱਥੇ ਖੁੱਡ ਹੋਣ ਕਰਕੇ ਇੱਥੇ ਪਾੜ ਪੈ ਗਿਆ ਅਤੇ ਅਸੀਂ ਉੱਪਰ ਉੱਚ ਅਧਿਕਾਰੀ ਨੂੰ ਦੱਸ ਦਿੱਤਾ ਹੈ ਅਤੇ ਜਲਦੀ ਇਹ ਕੰਮ ਅਸੀਂ ਸਵੇਰੇ ਸ਼ੁਰੂ ਕਰ ਦਿੱਤਾ ਤਕਰੀਬਨ 100 ਫੁੱਟ ਪਾੜ ਪੈ ਗਿਆ ਜੀ ਸਫਾਈਆਂ ਸਰ ਜਦੋਂ ਕਰਦੇ ਹਰ 3 ਸਾਲ ਬਾਅਦ ਸਫਾਈ ਕਰਦੇ ਕਿਸਾਨਾਂ ਦਾ ਕਹਿਣਾ ਸਫਾਈ ਨਾ ਹੋਣ ਕਾਰਨ ਡਰੇਨ ਟੁੱਟ ਨਹੀਂ ਸਰ ਸਫਾਈ ਕਰਕੇ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਜੇ ਪਾਣੀ ਖੁੱਡ ਕਰਕੇ ਜਦੋਂ ਲੀਕ ਹੋ ਗਿਆ ਤਾਂ ਪਾਣੀ ਦਾ ਪ੍ਰੈਸ਼ਰ ਬੈਕ ਹੋਣ ਕਰਕੇ ਜਿੱਥੋਂ ਪਾੜ ਪਿਆ ਉੱਥੋਂ ਸਾਫ ਤੌਰ ਤੇ ਅੱਗੇ ਦੇਖਣ ਨੂੰ ਮਿਲ ਰਿਹਾ ਕਿ ਬਿਲਕੁਲ ਵੀ ਸਫਾਈ ਹੈ ਨਹੀਂ ਡਰੇਨ ਭਰੀ ਪਈ ਹੈ ਨਹੀਂ ਸਰ ਬਿਲਕੁਲ ਨਹੀਂ ਇੱਥੇ ਉਹ ਉੱਥੇ ਅੱਗੇ ਬੂਟੀ ਹੋਣ ਕਰਕੇ ਸੀ ਜੇ ਇੱਥੇ ਖੁੱਡ ਨਾ ਹੁੰਦੀ ਪ੍ਰੈਸ਼ਰ ਹੋਣ ਕਰਕੇ ਪਾਣੀ ਲੀਕ ਹੋਣ ਕਰਕੇ ਪਾਣੀ ਅੱਗੇ ਗਿਆ ਹੀ ਨਹੀਂ ਬੂਟੀ ਕੱਢਣੀ ਤਾਂ ਮਹਿਕਮੇ ਦਾ ਫਰਜ਼ ਬਣਦਾ ਤੁਹਾਡਾ ਫਰਜ਼ ਬਣਦਾ ਮਹਿਕਮੇ ਦਾ ਪਰ ਅਜੇ ਤੱਕ ਕੋਈ ਸਾਫ਼ ਸਫਾਈ ਨਹੀਂ ਹੋਈ ਉਹਦੇ ਕਾਰਨ ਹੀ ਜਿਹੜਾ ਇਹ ਟੁੱਟਿਆ ਡਰੇਨ ਨਹੀਂ ਸਰ ਡਰੇਨਾਂ ਅਸੀਂ ਕਰ ਰਹੇ ਹਾਂ ਸਫਾਈ ਕਰਦੇ ਹਾਂ ਜਿਨ੍ਹਾਂ ਦੀ ਲੋੜ ਹੁੰਦੀ ਜ਼ਰੂਰਤ ਮਤਲਬ ਕੀਤੀ ਜਾਂਦੀ ਹੈ ਲੱਗ ਨਹੀਂ ਰਿਹਾ ਸੀ ਇੱਥੋਂ ਦੀ ਲੋੜ ਹੈਗੀ ਹੈ ਕਿਉਂਕਿ ਕਾਫੀ ਨੁਕਸਾਨ ਹੋ ਗਿਆ ਨਹੀਂ ਇਹ ਨੁਕਸਾਨ ਤਾਂ ਖੁੱਡ ਕਰਕੇ ਹੋਏ ਜ਼ਿਆਦਾ ਨਹੀਂ ਨੁਕਸਾਨ ਨਹੀਂ ਹੋਏ ਨਹੀਂ ਇੰਨੇ ਪਾਣੀ ਨੂੰ ਪ੍ਰੈਸ਼ਰ ਨੇ ਪਾਣੀ ਲੈ ਕੇ ਨਿਕਲ ਜਾਣਾ ਸੀ ਬੜੇ ਜੀ ਨਹੀਂ ਮੰਨਦੇ ਤੁਸੀਂ ਕਿ ਸਫਾਈ ਨਹੀਂ ਹੋਈ ਇਸ ਕਰਕੇ ਨੁਕਸਾਨ ਹੋਇਆ ਸਫਾਈ ਦਾ ਤਾਂ ਇੰਨਾ ਨਹੀਂ ਹੈ ਮੇਨ ਖੁੱਡ ਕਰਕੇ ਜੇ ਖੁੱਡ ਨਾ ਹੁੰਦੀ ਤਾਂ ਪਾਣੀ ਨੇ ਪ੍ਰੈਸ਼ਰ ਕਰਕੇ ਪਾਣੀ ਨਿਕਲ ਜਾਂਦਾ ਤੁਸੀਂ ਕਿਹਾ ਵੀ ਪੰਚਾਇਤ ਨੇ ਵਿੱਚ ਬੂਟੀ ਵਗੈਰਾ ਸੀ ਹਾਂ ਬੂਟੀ ਵੀ ਸੱਟੀ ਕਿਉਂ ਨਹੀਂ ਪੰਚਾਇਤ ਨੂੰ ਫਿਰ ਸਾਨੂੰ ਪਤਾ ਨਹੀਂ ਲੱਗਿਆ ਸਾਡੇ ਕੋਲ ਪਤਾ ਨਹੀਂ ਲੱਗਿਆ ਸਾਨੂੰ ਪਤਾ ਲੱਗਿਆ ਇੱਥੇ ਆਉਣ 'ਤੇ ਪਤਾ ਲੱਗਿਆ ਅਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਕਿਸਾਨਾਂ ਦਾ ਕਿੰਨੇ ਕੁ ਜਿਹੜੀ ਏਕੜ ਪਾਣੀ ਦੀ ਮਾਰ ਹੇਠ ਆਈ ਹੈ ਇਹ ਤਕਰੀਬਨ ਇਹਨਾਂ ਦੀ 4 ਕੁ ਏਕੜ 5 ਕੁ ਏਕੜ ਦਾ ਤਕਰੀਬਨ ਨੁਕਸਾਨ ਹੋਇਆ ਹੈਲੋ ਫੋਨ ਯਾਰ ਜੇ ਇਹਨੂੰ ਕਿ ਮਾੜਾ ਜਿਹਾ ਧਿਆਨ ਨਾਲ ਟੱਪਿਆ ਯਾਰ ਕਿਉਂ ਐ ਕਰ ਯਾਰ ਤੂੰ ਤਾਂ ਵਿੱਚ ਵੀ ਲੈ ਆਏਗਾ ਮੋਟਰਸਾਈਕਲ ਤੂੰ ਤਾਂ ਡਰੇਨਾਂ 'ਤੇ ਰਹਿੰਦੀ ਪਾਣੀ ਕੀਤੀ ਤੁਹਾਡੀ ਉਹਨੂੰ
ਪੈੜੀ ਤਾਂ ਜ਼ਿਆਦਾ ਆ ਗਈ 4 ਕਿਲੋ ਉਹ ਘਰਦੇ ਆ 6 ਕਿਲੋ ਉਹ ਰਾਮ ਹੁਣ ਤੇ ਉਹ ਬਚਣੀ ਥੋੜੀ ਜਿਵੇਂ ਨਾ ਬਚਣੀ ਨਹੀਂ ਉਹ ਸਾਰੀ ਵੱਜ ਜਾਣੀ ਉਹ ਸਾਰੀ ਡੁੱਬ ਜਾਣੀ ਤੂੰ ਇੱਧਰ ਆ ਨਾ ਕੀ ਨਾਮ ਹੈ ਵੀਰ ਜੀ ਤੁਹਾਡਾ ਰਾਮ ਪ੍ਰਤਾਪ ਹੈ ਜੀ ਰਾਮ ਪ੍ਰਤਾਪ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਮੇਰੇ 5 ਕਿੱਲੇ ਝੋਨੇ ਲੱਗੇ ਆ ਡੁੱਬੇ ਪਏ ਜੀ ਬਿਲਕੁਲ ਠੇਕੇ 'ਤੇ ਜ਼ਮੀਨ ਲਈ ਸੀ ਬਾਕੀ ਉੱਪਰ ਆ 5 ਕਿੱਲੇ ਉਹਨਾਂ ਦੇ ਵਿੱਚ ਵੀ ਪਾਣੀ ਜਾਣ ਨੂੰ ਤਿਆਰ ਆ ਪੂਰਾ ਹੀ ਪਾਣੀ ਬਹੁਤ ਆ ਰਿਹਾ ਕਿਵੇਂ ਹੋਇਆ ਨੁਕਸਾਨ ਹੈ ਨੁਕਸਾਨ ਹੋ ਰਿਹਾ ਜੀ ਇਹ ਪਾਣੀ ਸੀ ਬਹੁਤ ਜ਼ਿਆਦਾ ਅੱਗੇ ਸੇਂ ਦੀ ਸਫਾਈ ਨਹੀਂ ਸੀਗੀ ਉਹ ਪਾਣੀ ਮੂਹਰੇ ਡਾਫ ਲੱਗਣ ਦੇ ਨਾਲ ਪਿੱਛੇ ਖੁੱਡ ਪੈ ਗਈ ਜੀ ਇਹਦੇ ਨਾਲ ਪਾਣੀ ਸਾਰਾ ਵਰ ਗਿਆ ਇੱਥੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਦੇਖ ਲਓ ਜੀ ਹੁਣ 50,000 ਕਿੱਲੇ ਦਾ ਠੇਕਾ ਦਿੱਤਾ ਜੀ 20-25,000 ਕਿੱਲੇ ਦਾ ਉੱਤੇ ਖਰਚਾ ਆ ਗਿਆ 3-4 ਦੀ ਖਾਦਾਂ ਪਾਤੀਆਂ ਠੇਕੇ 'ਤੇ ਪੈੜੀ ਸੀ 60-65-70,000 ਰੁਪਈਆ ਖਰਚਾ ਆ ਚੁੱਕਾ ਜੀ ਅਤੇ ਹੁਣ ਇਸ ਟਾਈਮ 'ਤੇ ਬਿਲਕੁਲ ਖਤਮ ਹੈ ਜੀ ਹੁਣ ਕੋਈ ਪਾਣੀ ਡੱਕਣ ਦਾ ਕੋਈ ਹੁਣ ਪਾਣੀ ਡੱਕਣ ਦਾ ਕੋਈ ਪ੍ਰਬੰਧ ਨਹੀਂ ਜੀ ਹਾਲ ਤਾਂ ਸਵੇਰ ਦੇ ਕੋਈ ਮਹਿਕਮਾ ਕੋਈ ਨਹੀਂ ਇੱਥੇ ਆ ਕੇ ਕੁਛ ਦੇਖਿਆ ਹਲੇ ਨਾ ਕੋਈ ਪ੍ਰਬੰਧ ਕੋਈ ਕੀਤਾ ਹਲੇ ਮਹਿਕਮਾ ਸਰਕਾਰੀ ਅਧਿਕਾਰੀ ਆਇਆ ਇੱਥੇ ਨਹੀਂ ਸਰਕਾਰੀ ਪੁਲਿਸ ਮੁਲਾਜ਼ਮ ਆਏ ਸੀ ਸਵੇਰੇ 10 ਮਿੰਟ ਹੋ ਕੇ ਉਹ ਮੁੜ ਗਏ ਜੀ ਇੱਥੋਂ ਅਤੇ ਨਹਿਰ ਇਹ ਸੇਮ ਮਹਿਕਮੇ ਦੇ ਅਫਸਰ ਆਏ ਆ ਉਹ ਕਹਿੰਦੇ ਕਰ ਦਾਂਗੇ ਪਾਣੀ ਰੁਕੂਗਾ ਫਿਰ ਚਲਾਵਾਂਗੇ ਕੰਮ ਹਾਲ ਤਾਂ ਕੋਈ ਬਸ ਗੱਲਬਾਤ ਗਾਂ ਨਹੀਂ ਅਸੀਂ ਤਾਂ ਇਹੀ ਪ੍ਰਸ਼ਾਸਨ ਅੱਗੇ ਮਿਹਨਤ ਕਰਦੇ ਹਾਂ ਸਰਕਾਰ ਲੱਗੇ ਕੋਈ ਨਾ ਕੋਈ ਸਾਡੀ ਹੈਲਪ ਕਰਨ ਇਹ ਪਾਣੀ ਰੁਕ ਜੇ ਸੇਮ ਦੀ ਸਫਾਈ ਹੋ ਜੇ ਅਤੇ ਫਸਲ ਤਾਂ ਸਾਡੀ ਬਰਬਾਦ ਆ ਜੀ ਗਾਂ ਆਉਣ ਵਾਲੇ ਸਮੇਂ ਦੀ ਫਸਲ ਬਰਬਾਦ ਹੈ ਜਿਹੜੀ ਇੰਨੇ ਨਾਲ ਮਿੱਟ ਚੜ ਗਿਆ ਇਹ ਨਹੀਂ ਹੋਣਾ ਇੱਥੇ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਅੰਦਗੜ੍ਹ ਤੋਂ ਪਰਮਿੰਦਰ ਜੀ ਕੀ ਹੋਇਆ ਅੱਜ ਇਹ ਕਿਵੇਂ ਹੋਇਆ ਸਾਰਾ ਹੋਇਆ ਕੀ ਆ ਜੀ 10-12-15 ਸਾਲਾਂ ਬਾਅਦ ਪੈਲੀ ਬਣਾਈ ਸੀ ਮਸਾਂ ਇਹ ਪਹਿਲਾਂ ਮੰਜਰੀ ਪਈ ਸੀ ਫਿਰ ਕੀ ਕਸਰਾ ਕਸੂਰਾ ਪਾਇਆ ਬਹੁਤ ਜ਼ਿਆਦਾ ਔਖਾ 1-1.5 ਲੱਖ ਰੁਪਈਆ ਕਸਰੇ 'ਤੇ ਲਾਇਆ ਪਹਿਲਾਂ ਫਿਰ ਪੱਧਰ ਸ਼ੱਧਰ ਕੀਤੀ ਹੈ ਅਤੇ ਸੇਮ ਦੀ ਨਲੇਕੀ ਕਰਕੇ ਗਾਂਹ ਵਿੱਚ ਬੂਟੀਆਂ ਕਰਕੇ ਅਤੇ ਸੇਮ ਇੱਥੋਂ ਗਈ ਟੁੱਟ ਗਾਂਹ ਸੇਮ ਦਾ ਬਹੁਤ ਮੰਦਾ ਹਾਲ ਹੈ 2-3 ਸਾਲ ਪਹਿਲਾਂ ਵੀ ਸੇਮ ਮਹਿਕਮੇ ਨੂੰ ਤਨਖਾਹ ਦਿੱਤੀ ਸੀ ਅਪੀਲ ਕੀਤੀ ਸੀ ਵੀ ਇਹਨੂੰ ਫੜ ਲਓ ਮਾੜੀ ਮੋਟੀ ਗਾਂਹ ਪਾਣੀ ਲੰਘਦਾ ਨਹੀਂ ਗਾ ਅਤੇ ਇੱਥੇ ਵੀ ਜਾਮ ਲਾ ਕੇ ਅਤੇ ਖੁੱਡ ਪੈ ਗਈ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਝੋਨੇ 'ਚ 10-10 ਫੁੱਟ ਮਿੱਟੀ ਚੜ੍ਹ ਗਈ ਉੱਤੇ ਰੇਤਾ ਕਿੰਨਾ ਕੁ ਪਾੜ ਪੈ ਗਿਆ ਜੀ ਇੱਥੇ ਪਾੜ ਹੈਗਾ ਜੀ 50-60 ਫੁੱਟ ਦਾ ਕਿੰਨਾ ਚਿਰ ਹੋ ਗਿਆ ਇਹਦੀ ਜਿਹੜੀ ਸੂਏ ਦੀ ਸਫਾਈ ਹੋਈ ਨੇ ਸੂਏ ਦੀ ਸਫਾਈ ਨੂੰ ਤਾਂ ਘੱਟੋ ਘੱਟ ਜੀ 6-7 ਸਾਲ ਹੋ ਗਏ ਉਹਨੇ ਪਹਿਲਾਂ ਹੀ ਕੀਤੀ ਹੋਣੀ ਕਿਤੇ ਜਦੋਂ ਸੇਮ ਵੱਜੀ ਆ ਸਫਾਈ ਨਾ ਹੋਣ ਕਾਰਨ ਨਾ ਹੋਣ ਕਾਰਨ ਉਹ ਪੁਲ ਤੋਂ ਗਾਂਹ ਜਾ ਕੇ ਦੇਖੋ ਤੁਸੀਂ ਵੀ ਉਹਦੇ 'ਚ ਤਾਂ ਬੰਦਾ ਨਹੀਂ ਲੰਘਿਆ ਤਾਂ ਪਾਣੀ ਤਾਂ ਲੰਘਣਾ ਹੀ ਦੂਰ ਦੀ ਗੱਲ ਹਾਂਜੀ ਹਾਂਜੀ ਕਿੰਨੀਆਂ ਕੁ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਫਸਲਾਂ 15-20 ਕਿੱਲਿਆਂ ਦਾ ਨੁਕਸਾਨ ਹੋ ਗਿਆ ਜੀ ਤੁਹਾਡੀ ਮੰਗ ਕੀ ਕਰਦੇ ਮੇਰੀ ਇਕੱਲਾ ਫਸਲ ਸੀਗੀ ਜੀ ਮੰਗ ਇਹੀ ਕਰਦੇ ਇੱਕ ਤਾਂ ਸੇਮ ਬਣਾਈ ਜਾਵੇ ਇੱਕ ਸਾਡਾ ਵੀ ਜਿਹੜਾ ਆ ਹੋਇਆ ਨੁਕਸਾਨ ਹੋਇਆ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਸੇਮ ਦੇ ਨਾਲ ਕੱਚਾ ਰਾ ਸੀ ਉਹ ਵੀ ਟੁੱਟ ਗਿਆ ਸਾਰਾ ਹੀ ਟੁੱਟ ਗਿਆ ਜੀ ਸਾਨੂੰ ਤਾਂ ਇੱਧਰ ਵੀ ਡਰ ਆ ਸਾਡੀ ਇੱਧਰ ਪੈਲੀ ਆ 4-5 ਕਿੱਲੇ ਇਹ ਵੀ ਨਾ ਰੁੜ ਜੇ ਸਾਨੂੰ ਇਹਦਾ ਵੀ ਡਰ ਆ ਸਾਨੂੰ ਤਾਂ ਜੀ ਜ਼ਿਆਦਾ ਬਾਰਿਸ਼ ਇਹਦੇ ਕੈਚਮੈਂਟ ਏਰੀਆ ਹੋਣ ਕਰਕੇ ਡਰੇਨ 'ਚ ਪਾਣੀ ਆਇਆ ਜਿਸ ਕਾਰਨ ਇੱਥੇ ਦੱਸਣ ਦੇ ਮੁਤਾਬਕ ਪਹਿਲਾਂ ਹੀ ਇੱਥੇ ਖੁੱਡ ਸੀ ਪਾਣੀ ਥੋੜ੍ਹਾ ਜ਼ਰੂਰ ਅੱਗੇ ਗਿਆ ਅਤੇ ਪਿੰਡ ਵਾਲੇ ਵਾਸੀਆਂ ਤੋਂ ਹੀ ਸਾਨੂੰ ਪਤਾ ਲੱਗਿਆ ਅਸੀਂ ਆਪ ਵੀ ਦੇਖਿਆ ਸਵੇਰੇ ਜਾ ਕੇ ਕਿ ਪਿਛਲੇ ਸਾਲ ਇਹਨਾਂ ਨੇ ਛੱਪੜ ਸਾਫ ਕੀਤਾ ਸੀ ਛੱਪੜ ਦੀ ਸਾਰੀ ਬੂਟੀ ਡਰੇਨ ਦੇ ਵਿੱਚ ਸੁੱਟੀ ਕਾਰਨ ਕਰਕੇ ਅਤੇ ਪਾਣੀ ਅੱਗੇ ਚਲੇ ਜਾਣਾ ਸੀ ਫਿਰ ਵੀ ਇੱਥੇ ਖੁੱਡ ਹੋਣ ਕਰਕੇ ਇੱਥੇ ਪਾੜ ਪੈ ਗਿਆ ਅਤੇ ਅਸੀਂ ਉੱਪਰ ਉੱਚ ਅਧਿਕਾਰੀ ਨੂੰ ਦੱਸ ਦਿੱਤਾ ਹੈ ਅਤੇ ਜਲਦੀ ਇਹ ਕੰਮ ਅਸੀਂ ਸਵੇਰੇ ਸ਼ੁਰੂ ਕਰ ਦਿੱਤਾ ਤਕਰੀਬਨ 100 ਫੁੱਟ ਪਾੜ ਪੈ ਗਿਆ ਜੀ
बूटी होने करके पानी लीक होने करके पानी अगे गया ही नहीं। बूटी कढ़नी तो महकमे का फर्ज बनता, थोड़ा फर्ज बनता महकमे का, पर अजे तक कोई साफ सफाई नहीं हुई उनके कारण ही जो टूटा ड्रेन। नहीं सर, ड्रेना असं कर रहे सफाई करते हैं, जिन्हें लड़ होंगी जरूरत मतलब की जाती है, लग नहीं रही इतनी लड़ हैगी क्योंकि काफ़ी नुकसान हो गया। नहीं, ये नुकसान तो खुद करके हुए, ज़्यादा नहीं नुकसान नहीं हुए, नहीं इन्ने पानी ने प्रैशर ने पानी लैके निकल जाना सी। बड़े चीज नहीं मानते कि सफाई नहीं हुई इस करके नुकसान हुआ, सफाई का तो इन्ना नहीं है, मेन खुद करके जो खुद ना होंगी तो पानी ने प्रेसर करके पानी निकल जाए। हाँ, बूटी भी सटी, सानू पता नहीं लग्या, साढ़े को पता नहीं लग्या, सानू पता लग्या इतने आने पता लग्या कि नुकसान हो कि जी एकड़ा पानी की मार हेठ आई है। ये तकरीबन इन्हों की चार चार एकड़ पांच एकड़ का तकरीबन नुकसान होया। उत्थों टुट गया ना।